ਪਤਰੀਆਂ ਪਤੇ ਕਿੰਨਾ ਤੇ ਲੋਕ ਬਹੁਤ ਖੜੇ ਸੀ ਉੱਥੇ ਤੇ ਮੈਨੂੰ ਮੇਰੇ ਯਾਰ ਦੋਸਤ ਨੇ ਖਿੱਚ ਲਿਆ ਇੱਕ ਸੈਕਿੰਡ ਜੀ ਫਿਰ ਵੀ ਮੇਰੇ ਸਾਈਡ ਤੇ ਲੱਗ ਗਈ ਜ਼ਿਆਦਾ ਬੋਲਣੇ ਸੇ ਦਰਦ ਕਰ ਰਿਹਾ ਪੂਰਾ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਜ਼ਖਮੀਆਂ ਦੀ ਪੂਰੀ ਕਹਾਣੀ ਲੋਕਾਂ ਨੂੰ ਨਹੀਂ ਮਿਲੀਆਂ ਆਪਣੇ ਦੀਆਂ ਲਾਸ਼ਾਂ प्रशासन नूं दोषी ठहरा रहे लोग अमृतसर के सिविल होस्पिटल दे विच खड़े हाँ इत्थे मरीजां तुसीं देख सकदे हो कि सिविल होस्पिटल दे विच मरीजां दी लाइन लगी पई है तो कुछ मरीज साडे नाल ने जिन्हां दे नाल कुछ गल्लबात करदे हां तो उन्हां तों जानण दी कोशिश करदे हां कि हादसा जिहड़ा वापरिया सी ओह की सी किवें सीगा साडे नाल इक मरीज ने भाजी की नाम है तुहाडा कृष्णा जी ओके किवें हादसा वापरिया सी तुहाडे हिसाब नाल हादसा सर उधरों 10,000 7,000-8,000 बंदा रेलवे ट्रैक ते होना सारे दे दो ट्रेना कट्टिया है तो उन्हें होरन नहीं मारिया सर उन्होंने तो उधरों रावण अग लगी है तो उधरों एल सी डी लगी वो लोगों का ध्यान उधर ही सिर्फ दो तीन सैकड़ों के बीच दो सैकड़ों के बीच ट्रेन हो गई तुसीं पहले ही रेलवे ट्रैक पर बैठे से उधरली साइड हाँ जी हाँ जी तो वो खड़े सी तो मैनू मेरे यार दोस्त ने खिंच लिया एक सैकंड जी तो फिर भी मेरे ਸਾਈਡ ਤੇ ਲੱਗ ਗਈ ਸਾਈਡ ਵੱਜ ਗਈ ਤੁਸੀਂ ਤੁਸੀਂ ਰੇਲਵੇ ਟਰੈਕ ਦੇ ਵੱਲ ਖੜੇ ਸੀਗਾ ਉੱਥੇ ਬੈਠੇ ਉਹ ਉੱਤੇ ਉੱਪਰ ਹੀ ਸੀ ਹਾਂ ਸਾਈਡ ਤੇ ਬਿਲਕੁਲ ਤੇ ਉਹ ਜਿਹੜਾ ਪ੍ਰੋਗਰਾਮ ਹੋਣ ਦਿਆ ਸੀਗਾ ਉਹ ਉੱਥੇ ਰੇਲਵੇ ਟਰੈਕ ਤੋਂ ਦਿਖਦਾ ਸੀਗਾ ਪ੍ਰੋਪਰ ਸਟੇਜ ਹਾਂਜੀ ਹਾਂਜੀ ਤੁਹਾਨੂੰ ਕਿਸੇ ਨੇ ਮਨਾ ਨਹੀਂ ਕੀਤਾ ਪ੍ਰਸ਼ਾਸਨ ਵੱਲੋਂ ਮਨਾ ਨਹੀਂ ਕੀਤਾ ਇਹਨਾਂ ਦੀ ਗਲਤੀ ਆ ਸਭ ਤੋਂ ਵੱਡੀ ਗਲਤੀ ਇਹਨਾਂ ਦੀ ਇਹਨਾਂ ਨੂੰ ਰੇਲਵੇ ਟਰੈਕ ਤੋਂ ਪਤਾ ਕਿ ਹਰ ਵਾਰੀ ਰਾਵਣ ਬਣਦਾ ਇਹਨਾਂ ਦਾ ਤੇ ਹਰ ਇਹਨਾਂ ਨੂੰ ਉੱਥੇ ਪੁਲਿਸ ਖਿਲਾਰਨੀ ਚਾਹੀਦੀ ਹੈ ਕਿ ਰੇਲਵੇ ਟਰੈਕ ਤੇ ਕੋਈ ਨਾ ਜਾਵੇ ਸਰ ਖੁੱਲ੍ਹਾ ਸੀ ਅਤੇ ਜਦੋਂ ਰੇਲਤਾ ਇਹਨਾਂ ਨੇ ਜਦੋਂ ਰੇਲ ਆਈ ਥੋੜ੍ਹਾ ਬਹੁਤ ਪਤਾ ਲੱਗਾ ਸੀ ਉਹ ਸਰ ਹਨੇਰੀ ਵਾਂਗੂ ਕੁਛ ਨਹੀਂ ਪਤਾ ਚੱਲਿਆ ਸਰ ਹਾਰਨ ਮਾਰਿਆ ਬਿਲਕੁਲ ਲਾਗੇ ਆ ਗਏ ਉਹਨੇ ਕਿ ਜਦੋਂ 7,000-8,000 ਬੰਦਾ ਸਰ ਇੱਦਾਂ ਤਾਂ ਪਰੇ ਹੋ ਨਹੀਂ ਸਕਦਾ ਦੋ ਟ੍ਰੇਨਾਂ ਇੱਕ ਇੱਧਰ ਉੱਧਰੋਂ ਆਈ ਤਾਂ ਕੰਮ ਖਤਮ ਹੋਇਆ ਤੁਸੀਂ ਜਿਹੜੀ ਕਿਹੜੀ ਚਪੇਟ 'ਚ ਆਏ ਕਿਹੜੀ ਟ੍ਰੇਨ ਦੀ ਚਪੇਟ 'ਚ ਆਏ ਪਹਿਲੇ ਵਾਲੀ ਲਾਸਟ ਵਾਲੀ ਹਾਂਜੀ ਯਾਨੀ ਕਿ ਹਾਦਸਾ ਇਸ ਕਦਰ ਸੀਗਾ ਕਿ ਦੋ ਟ੍ਰੇਨਾਂ ਜਿਹੜੀਆਂ ਸੀਗੀਆਂ ਉਹ ਆਮੋ ਸਾਹਮਣੀਆਂ ਆਈਆਂ ਸੀਗੀਆਂ ਅਤੇ ਉਸ ਦੇ ਵਿੱਚ ਜਿਹੜਾ ਹਾਦਸਾ ਸੀਗਾ ਵਾਪਰਿਆ ਸੀਗਾ ਅਤੇ ਕੁਛ ਹੋਰ ਵੀ ਆਪਾਂ ਪੇਸ਼ੈਂਟ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਵੇਂ ਵਾਪਰਿਆ ਸੀਗਾ ਹਾਦਸਾ ਤੁਹਾਡੇ ਹਿਸਾਬ ਨਾਲ ਭਾਈ ਪਤਾ ਨਹੀਂ ਲੱਗਾ ਦੋ ਕੀ ਹੋਇਆ ਕਿ ਨਹੀਂ ਤੁਸੀਂ ਕਿਵੇਂ ਸ਼ਿਕਾਰ ਹੋਏ ਪਤਾ ਨਹੀਂ ਉਦੋਂ ਪਤਾ ਨਹੀਂ ਲੱਗਾ ਆਪਣਾ ਕਿਸ ਹਿਸਾਬ ਨਾਲ ਹੋਇਆ ਜਦੋਂ ਵੀ ਇਹ ਹਾਦਸਾ ਹੋਇਆ ਪਤਾ ਨਹੀਂ ਲੱਗਾ ਉਦੋਂ ਵੀ ਕਿਸ ਤਰ੍ਹਾਂ ਜਾਂ ਤਾਂ ਡਿੱਗ ਹੋਣਾ ਥੱਲੇ ਮੈਂ ਉਹਨਾਂ ਦੇ ਪੈਡ ਥੱਲੇ ਆ ਗਿਆ ਹੋਣਾ ਮੈਂ ਮੌਕੇ 'ਤੇ ਨਵਜੋਤ ਕੌਰ ਸਿੱਧੂ ਸੀਗੀ ਜਾਂ ਨਹੀਂ ਸੀਗੀ ਪਤਾ ਨਹੀਂ ਦੇਖਿਆ ਨਹੀਂ ਮੈਨੂੰ ਤਾਂ ਆਪਣੇ ਆਪ ਦੀ ਹੋਸ਼ ਨਹੀਂ ਹੈਗੀ ਤੁਸੀਂ ਜਦੋਂ ਹਾਦਸਾ ਹੋਇਆ ਵਾ ਜਦੋਂ ਰਾਵਣ ਦਹਿਨ ਚੱਲ ਰਿਹਾ ਸੀਗਾ ਪ੍ਰੋਗਰਾਮ ਉਸ ਟਾਈਮ ਤੁਸੀਂ ਕਿੱਥੇ ਸੀਗੇ ਉਹ ਟਰੈਕ ਵਾਲੀ ਸਾਈਡ ਬੈਠੇ ਸੀ ਜਾਂ ਦੂਜੇ ਪਾਸਿਓਂ ਗਏ ਸੀ ਨਹੀਂ ਲੈਣ ਵਾਲੀ ਸਾਈਡ ਹੀ ਹਾਂ ਆਪਣਾ ਜਿੱਥੇ ਟ੍ਰੇਨ ਚੱਲਦੀ ਉੱਥੇ ਹੀ ਉਹੀ ਸਾਈਡ ਹਾਂ ਕੁਛ ਹੋਰ ਵੀ ਪੇਸ਼ੈਂਟ ਦੇ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜ਼ਿਆਦਾ ਬੋਲਣੇ ਸੇ ਦਰਦ ਕਰ ਰਿਹਾ ਪੂਰਾ ਇਹਦਾ ਮਤਲਬ ਕਿ ਇੰਨੇ ਜ਼ਿਆਦਾ ਜਿਹੜੇ ਨੇ ਜ਼ਖਮ ਨੇ ਕਿ ਜਿਹੜਾ ਵੀ ਪੇਸ਼ੈਂਟ ਨੇ ਉਹ ਜਦੋਂ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕੁਛ ਹੋਰ ਪੇਸ਼ੈਂਟ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਕਿਵੇਂ ਤੁਹਾਡੇ ਨਾਲ ਕਿਵੇਂ ਵਾਪਰਿਆ ਸੀਗਾ ਫਾਰ ਆਪਣੇ ਫੈਮਿਲੀ ਸੀ ਰੇਲਵੇ ਟਰੈਕ ਕੀ ਸਾਈਡ ਬੈਠੇ ਥੇ ਆਪ ਜਾਂ ਫਿਰ ਜੀ ਹਾਂ समय जहाँ जब आप रेलवे ट्रैक की साइड में बैठे हुए थे तो आपको ये खसा नहीं था कि रेल आ रहेगी ट्रेन आएगी वो तो था लेकिन वो जब रावण जला रहे थे ना पटाखे इतना ज़्यादा हुए जोर से उसमें नहीं पता चला कितने टाइम ट्रेन आ गई ये जो हादसा हुआ है वो वहाँ से जो फाटक था वहाँ से दिख रहा था जो स्टेज था दिख रहा फाटक दिखता है वहाँ से फाटक दिखता है वहाँ से प्रशासन का कोई अधिकारी आपको आके मिला यहाँ पे हॉस्पिटल में कौन कौन आया है यहाँ पे याद नहीं आए थे सिद्धू जी के यहाँ आए थे कि भी वापरिया सीगा हादसा थोड़ा दसो सर वापसा तो सारे दुनिया वेखन दी अंदर पार्क जी फुल भरी ही लोग लाइना दे खलोके देख रहे ही तो 7 बजे का टाइम उन्होंने उदो अग लाती उदो गड्डी पता नहीं लगा किसी गड्डी हार मालती रही उदा फिर ध्यान च नहीं आया सारे मूवी मावी बना लग पे उदो पटाके की आवाज आई उदो गड्डी की आवाज आई किसी का ध्यान ही नहीं गया चौके मारिया उस काम हो गया पता नहीं बाद चो की होया की नहीं चौके मारिया गड्डी ने पल्ले बन्ने मेरिया हड्डियां टुट गई तो रेलवे फाटक जड़ा सी उस साइड पर बैठे सी जड़ा
हाँ जी हाँ जी सारे तीन लाइना पैंदियां उत्थे तीन पटरियां पैंदियां तिना ते लोग बहुत खड़े ही उत्थे घट्टो घट्ट 10,000 15,000 बंदा होना ठीक है थैंक यू इस दिन कुछ पेशेंट जिन्हों के नाल आप गलबात की होर भी पेशेंट के नाल कुछ गलबात करा इस वार्ड के आ के असी कुछ पेशेंट के नाल गलबात की है तुसी देखते रहो चकदे टीवी चकदे टीवी नाल जुड़े रहने लई साडा चैनल सबसक्राइब करो वीडियो सब तो पहला देखने लई बैल आइकन ते क्लिक करना ना भुल्यो।